ਸਾਦਤ ਹਸਨ ਮੰਟੋ ਦੀ ਕਹਾਣੀ ਸਰਕੰਡਿਆਂ ਦੇ ਪਿੱਛੇ ਦਾ ਬਾਕੀ ਦਾ ਹਿੱਸਾ ਹੈਬਤ ਖਾਨ ਲਈ ਇਹ ਨਵਾਂ ਤਜਰਬਾ ਸੀ ਉਹਦੇ ਲਈ ਔਰਤ ਦੀ ਇੱਕ ਕਿਸਮ ਬਿਲਕੁਲ ਨਵੀਂਕਲੀ ਦਿਲਚਸਪ ਤੇ ਫਰਤ ਬਖਸ਼ੀ ਉਹ ਹੁਣ ਹਫਤੇ ਵਿੱਚ ਦੋ ਵਾਰੀ ਆਉਣ ਲੱਗਿਆ ਸੀ ਕਿਉਂਕਿ ਨਵਾਬ ਉਹਦੇ ਲਈ ਬੇਪਨਾਹ ਕشش ਬਣ ਗਈ ਸੀ ਸਰਦਾਰ ਖੁਸ਼ ਸੀ ਕਿ ਉਹਨੂੰ ਆਪਣੇ ਨੇਫੇ ਚ ਤੂੜਨ ਲਈ ਕਾਫੀ ਨੋਟ ਮਿਲ ਜਾਂਦੇ ਸਨ ਪਰ ਹੁਣ ਨਵਾਬ ਆਪਣੇ ਅੱਲੜਪੁਣੇ ਦੇ ਬਾਵਜੂਦ ਸੋਚਣ ਲੱਗੀ ਸੀ ਕਿ ਹੈਬਤ ਖਾਨ ਸੇਮ ਐ ਸੇਮਿਆ ਕਿਉਂ ਰਹਿੰਦਾ ਹੈ ਜਦੋਂ ਕਦੇ ਸਰਕੰਡਿਆਂ ਦੇ ਉਸ ਪਾਰ ਕੱਚੀ ਸੜਕ ਤੇ ਕੋਈ ਲਾਰੀ ਜਾਂ ਮੋਟਰ ਲੰਘਦੀ ਹੈ ਤਾਂ ਸੇਮ ਕਿਉਂ ਜਾਂਦਾ ਹੈ ਕਿਉਂ ਉਹਨੂੰ ਛੱਡ ਕੇ ਬਾਹਰ ਜਾਂਦਾ ਹੈ ਦੇਖਦਾ ਹੈ ਕਿ ਕੌਣ ਹੈ ਕੌਣ ਨਹੀਂ ਇੱਕ ਰਾਤ 12 ਵਜੇ ਦੇ ਕਰੀਬ ਸੜਕ ਤੋਂ ਕੋਈ ਲਾਰੀ ਲੰਗੀ ਹੈਬਤ ਖਾਨ ਤੇ ਨਵਾਬ ਦੋਵੇਂ ਇੱਕ ਦੂਜੇ ਦੀ ਗਲਵੱਕੜੀ ਚ ਬਜੇ ਸੌ ਰਹੇ ਸਨ ਕਿ ਹੈਬਤ ਖਾਨ ਜ਼ੋਰ ਨਾਲ ਕੰਬਿਆ ਤੇ ਤਰਬ ਕਿ ਉੱਠਿਆ ਨਵਾਬ ਦੀ ਨੀਂਦ ਬੜੀ ਕੱਚੀ ਸੀ ਹੈਬਤ ਖਾਨ ਕੰਬਿਆ ਤਾਂ ਵੀ ਉਹ ਸਿਰੋਂ ਲੈ ਕੇ ਪੈਰਾਂ ਤੱਕ ਲਰਜ਼ ਗਈ ਜਿਵੇਂ ਉਹਦੇ ਅੰਦਰ ਜਲਜ਼ਲਾ ਆ ਗਿਆ ਹੋਵੇ ਚੀਕ ਕੇ ਉਹਨੇ ਕਿਹਾ ਕੀ ਹੋਇਆ ਹੈਬਤ ਖਾਨ ਹੁਣ ਕਿਸੇ ਹੱਦ ਤੱਕ ਖੁਦ ਨੂੰ ਸੰਭਾਲ ਚੁੱਕਾ ਸੀ ਉਹਨੇ ਖੁਦ ਨੂੰ ਹੋਰ ਸੰਭਾਲਦਿਆਂ ਕਿਹਾ ਕੋਈ ਗੱਲ ਨਹੀਂ ਮੈਂ ਸ਼ਾਇਦ ਸੁਪਨੇ 'ਚ ਡਰ ਗਿਆ ਸੀ ਰਾਤ ਦੀ ਖਾਮੋਸ਼ੀ 'ਚ ਲਾਰੀ ਦੀ ਆਵਾਜ਼ ਦੂਰੋਂ ਹਲੇਤੀ ਘਾਰੇ ਸੀ ਨਵਾਬ ਨੇ ਕਿਹਾ ਨਹੀਂ ਖਾਨ ਕੋਈ ਗਲਤ ਹੈ ਜਦੋਂ ਵੀ ਕੋਈ ਮੋਟਰ ਜਲਾਰੀ ਸੜਕ ਤੋਂ ਲੰਘਦੀ ਹੈ ਤੇ ਤੇਰੀ ਹਾਲਤ ਇਹੀ ਹੋ ਜਾਂਦੀ ਹੈ ਹੈਬਤ ਖਾਨ ਦੀ ਸ਼ਾਇਦ ਇਹ ਦੁੱਖ ਦੀ ਨਸ ਸੀ ਜਿਸ ਤੇ ਨਵਾਬ ਨੇ ਹੱਥ ਰੱਖ ਦਿੱਤਾ ਸੀ ਉਹਨੇ ਆਪਣਾ ਮਰਦਾਨਾ ਵਕਕਾਰ ਕਾਇਮ ਰੱਖਣ ਲਈ ਵੱਡੇ ਖਰਵੇ ਲਹਿਜੇ ਨਾਲ ਕਿਹਾ ਮੋਟਰਾਂ ਤੋਂ ਲਾਰੀਆਂ ਤੋਂ ਡਰਨ ਦੀ ਭਲਾ ਕੀ ਵਜ੍ਹਾ ਹੋ ਸਕਦੀ ਹੈ ਨਵਾਬ ਦਾ ਦਿਲ ਬੜਾ ਮਲੂਕ ਸੀ ਹੈਬਤ ਖਾਨ ਦੇ ਖਰਵੇ ਲਹਿਜੇ ਨਾਲ ਉਹਨੂੰ ਠੇਸ ਲੱਗੀ ਤੇ ਉਹਨੇ ਫੁੱਟ ਫੁੱਟ ਕੇ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਹੈਬਤ ਖਾਨ ਨੇ ਨਵਾਬ ਨੂੰ ਚੁੱਪ ਕਰਾਇਆ ਤਾਂ ਆਪਣੀ ਜ਼ਿੰਦਗੀ ਤੋਂ ਇੱਕ ਲਤੀਫਤਰੀਨ ਮਤਲਬ ਸਭ ਤੋਂ ਸ਼ਾਨਦਾਰ ਹਜ਼ ਤੋ ਜਾਨੂ ਹੋਇਆ ਤੇ ਉਹਦਾ ਜਿਸਮ ਨਵਾਬ ਦੇ ਜਿਸਮ ਦੇ ਹੋਰ ਵੀ ਜ਼ਿਆਦਾ ਨੇੜੇ ਹੋ ਗਿਆ ਹੈਬਤ ਖਾਨ ਚੰਗੇ ਕਦ ਕਾਟਦਾ ਆਦਮੀ ਸੀ ਉਹਦਾ ਜਿਸਮ ਗਠੀਲਾ ਸੀ ਉਹ ਖੂਬਸੂਰਤ ਸੀ ਉਹਦੀਆਂ ਬਾਹਾਂ ਚ ਨਵਾਬ ਨੇ ਜ਼ਿੰਦਗੀ ਚ ਪਹਿਲੀ ਵਾਰੀ ਬੜੀ ਪਿਆਰੀ ਹਰਾਰਤ ਮਹਿਸੂਸ ਕੀਤੀ ਸੀ ਉਹਨੂੰ ਜਸਮਾਨੀ ਲੱਜਤ ਦੇ ਅਲਫ਼ ਬੇ ਹੈਬਤ ਖਾਨ ਨੇ ਸਿਖਾਈ ਸੀ ਉਹ ਹੁਣ ਉਸ ਨਾਲ ਮੁਹੱਬਤ ਕਰਨ ਲੱਗੀ ਸੀ ਇੰਜ ਕਹਿ ਲੋ ਕਿ ਉਹ ਚੀਜ਼ ਜੋ ਮੁਹੱਬਤ ਹੁੰਦੀ ਹੈ ਉਹਦੇ ਭੇਦ ਹੁਣ ਨਵਾਬ ਦੇ ਖੁੱਲ ਰਹੇ ਸਨ ਹੈਬਤ ਖਾਨ ਜੀ ਖਫਤਾ ਗਾਇਬ ਰਹਿੰਦਾ ਤਾਂ ਨਵਾਬ ਗ੍ਰਾਮੋਫੋਨ ਤੇ ਦਰਦੀਲੇ ਗੀਤਾਂ ਦੇ ਰਿਕਾਰਡ ਵਜਾਉਂਦੀ ਆਪ ਨਾਲੋ ਨਾਲ ਗਾਉਂਦੀ ਵੀ ਤੇ ਹੌਕੇ ਭਰਦੀ ਉਹ ਹੁਣ ਤੱਕ ਬਸ ਇੱਕ ਉਲਜਨਚ ਗ੍ਰਿਫਤਾਰ ਸੀ ਕਿ ਹੈਬਤ ਖਾਨ ਮੋਟਰਾਂ ਤੇ ਲਾਰੀਆਂ ਦੀ آمدਵਰਫਤ ਤੋਂ ਕਿਉਂ ਘਬਰਾਉਂਦਾ ਮਹੀਨੇ ਲੰਘ ਗਏ ਨਵਾਬ ਦੀ ਪ੍ਰਤੀਬੱਧਤਾ ਤੇ ਉਹਦੀ ਇਲਤਫਾਤ ਮਤਲਬ ਦੋਸਤੀ ਪ੍ਰੇਮ ਜੋ ਵਾਦਾ ਹੁੰਦਾ ਗਿਆ ਪਰ ਉਹਦੀ ਉਲਝਣ ਵਿਵਾਦੀ ਚਲੀ ਗਈ ਕਿਉਂਕਿ ਹੁਣ ਹੈਬਤ ਖਾਨ ਕੁਝ ਘੰਟਿਆਂ ਲਈ ਹੀ ਆਉਂਦਾ ਸੀ ਤੇ ਹਫੜਾ ਦਫੜੀ ਦੇ ਆਲਮ ਚੀ ਵਾਪਸ ਚਲਾ ਜਾਂਦਾ ਸੀ ਉਹ ਮਹਿਸੂਸ ਕਰਨ ਲੱਗੀ ਕਿ ਸਾਰਾ ਕੁਝ ਇੱਕ ਮਜਬੂਰੀ ਕਰਕੇ ਹੈ ਉਹ ਇਹ ਜਾਣ ਗਈ ਸੀ ਕਿ ਹੈਬਤ ਖਾਨ ਦਾ ਜੀ ਜ਼ਿਆਦਾ ਤੋਂ ਜ਼ਿਆਦਾ ਦੇਰ ਤੱਕ ਉਹਦੇ ਨਾਲ ਰਹਿਣ ਨੂੰ ਕਰਦਾ ਹੈ ਉਹਨੇ ਕਈ ਮਰਤਬਾ ਹੈਬਤ ਖਾਨ ਕੋਲੋਂ ਇਸ ਬਾਰੇ ਪੁੱਛਿਆ ਪਰ ਗੋਲ-ਮੋਲ ਗੱਲ ਕਰ ਗਿਆ। ਇੱਕ ਦਿਨ ਸਵੇਰੇ-ਸਵੇਰੇ ਹੈਬਤ ਖਾਨ ਦੀ ਡੋਜ਼ ਸਰਕੰਡਿਆਂ ਦੇ ਪਾਰ ਰੁਕੀ। ਨਵਾਬ ਸੌ ਰਹੀ ਸੀ। ਹਾਰਨ ਵੱਜਿਆ ਉੱਤਰ ਬਕੀ ਉੱઠી। ਫਿਰ ਉਹ ਅੱਖਾਂ ਮਲਦੀ-ਮਲਦੀ ਬਾਹਰ ਨਿਕਲੀ। ਹੈਬਤ ਖਾਨ ਜ਼ਰਾ فاਸਲੇ ਤੇ ਮੋਟਰ ਖੜੀ ਕਰਕੇ ਮਕਾਨ ਦੇ ਨੇੜੇ ਪਹੁੰਚ ਚੁੱਕਾ ਸੀ। ਨਵਾਬ ਭੱਜਦੀ ਗਈ ਉਹਦੇ ਨਾਲ ਚੰਬੜ ਗਈ। ਉਹ ਨੂੰ ਗੋਦ ਚੁੱਕ ਕੇ ਅੰਦਰ ਉਸ ਕੋਠੜੀ ਚ ਲੈ ਗਿਆ ਜਿੱਥੇ ਨਵਾਰੀ ਪਲੰਗ ਵਿਛਿਆ ਸੀ। ਧੇਰ ਤੱਕ ਦੋਵੇਂ ਗੱਲਾਂ ਕਰਦੇ ਰਹੇ। ਪਿਆਰ ਮੁਹੱਬਤ ਦੀਆਂ ਗੱਲਾਂ ਪਤਾ ਨਹੀਂ ਨਵਾਬ ਦੇ ਦਿਲ 'ਚ ਕੀ ਗੱਲ ਆਈ ਉਸ ਸਿਨੋਂ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਫਰਮਾਇਸ਼ ਕੀਤੀ ਤੇ ਕਿਹਾ ਖਾਨ ਮੈਨੂੰ ਸੋਨੇ ਦੇ ਕੜੇ ਲਿਆ ਦੇ ਹੈਬਤ ਖਾਨ ਨੇ ਉਹਨੂੰ ਕਿਹਾ ਕਿ ਕੱਲ੍ਹ ਆ ਜਾਣਗੇ ਤੇਰੇ ਲਈ ਤਾਂ ਮੇਰੀ ਜਾਨ ਵੀ ਹਾਜ਼ਰ ਹੈ ਨਵਾਬ ਨੇ ਆਦਾਬ ਦੇ ਨਾਲ ਪਰ ਆਪਣੀ ਮਖਸੂਸ ਲੜੰਦ ਅੰਦਾਜ਼ 'ਚ ਕਿਹਾ ਖਾਨ ਜਾਨ ਦੇ ਜਾਨ ਤਾਂ ਮੈਨੂੰ ਹੀ ਦੇਣੀ ਪੈਗੀ ਹੈਬਤ ਖਾਨ ਨੇ ਸੁਣ ਕੇ ਕਈ ਵਾਰ ਉਹਦੇ ਸਦਕੇ ਹੋਇਆ ਤੇ ਬੜਾ ਪੁਰਲਤ ਵਕਤ گزارਨ ਤੋਂ ਬਾਅਦ ਚਲਾ ਗਿਆ ਜਾਂਦਿਆਂ ਜਾਂਦਿਆਂ ਉਹ ਵਾਦਾ ਕਰ ਗਿਆ ਕਿ ਉਹ ਅਗਲੇ ਦਿਨ ਆਏਗਾ ਸੋਨੇ ਦੇ ਕੜੇ ਉਹਦੇ ਨਰਮ ਨਰਮ ਹੱਥਾਂ 'ਚ ਆਪ ਪਾਏਗਾ ਨਵਾਬ ਖੁਸ਼ ਸੀ ਉਸ ਰਾਤ ਉਹ देर ਰਾਤ ਤੱਕ ਮਰਸਰਤ ਭਰੇ ਰਿਕਾਰਡ ਵਜਾਵ ਜਾ ਕੇ ਉਹਦੀ ਛੋਟੀ ਜੀ ਕੋਠੜੀ 'ਚ ਨੱਚੀਦੀ ਰਹੀ ਜਿਸਨਵਾਰੀ ਪਲੰਘ ਵਿੱਚ ਆ ਸੀ ਸਰਦਾਰ ਵੀ ਖੁਸ਼ ਸੀ ਉਹਨੇ ਫਿਰ ਆਪਣੀ ਡੱਬੀ 'ਚੋਂ ਖੀਮ ਦੀ ਗੋਲੀ ਕੱਢੀ ਖਾ ਕੇ ਸੌਂ ਗਏ ਦੂਸਰੇ ਦਿਨ ਨਵਾਬ ਹੋਰ ਜ਼ਿਆਦਾ ਖੁਸ਼ ਸੀ ਕਿ ਸੋਨੇ ਦੇ ਕੜੇ ਆਉਣ ਵਾਲੇ ਹਨ ਤੇ ਹੈਬਤ ਖਾਨ ਆਪ ਉਹਨੂੰ ਕੜੇ ਪਾਏਗਾ। ਉਹ ਸਾਰਾ ਦਿਨ ਮੁੰਤਜ਼ਰ ਰਹੀ ਪਰ ਉਹ ਨਾ ਆਇਆ। ਉਹਨੇ ਸੋਚਿਆ ਸ਼ਾਇਦ ਮੋਟਰ ਖਰਾਬ ਹੋ ਗਈ ਹੋਣੀ ਹੈ। ਸ਼ਾਇਦ ਉਹ ਰਾਤ ਆ ਜਾਏ। ਉਹ ਪੂਰੀ ਰਾਤ ਜਾਗਦੀ ਰਹੀ ਪਰ ਹੈਬਤ ਖਾਨ ਨਾ ਆਇਆ। ਉਹਦੇ ਦਿਲ ਨੂੰ ਜੋ ਬੜਾ ਮਲੂਕ ਸੀ ਬੜੀ ਠੇਸ ਵੱਜੀ। ਉਹਨੇ ਆਪਣੀ ਮਾਂ ਨੂੰ ਜਾਂ ਜੋ ਕੋਈ ਵੀ ਉਹਦੀ ਸੀ बार-बार ਕਿਹਾ ਦੇਖ ਖਾਨ ਨਹੀਂ ਆਇਆ। ਵਾਦਾ ਕਰਕੇ ਮੁੱਕਰ ਗਿਆ। ਫਿਰ ਉਹ ਸੋਚਦੀ ਤੇ ਕਹਿੰਦੀ ਕਿਤੇ ਇੰਜ ਨਾ ਹੋਵੇ ਕਿ ਕੁਝ ਹੋ ਗਿਆ ਹੋਵੇ ਤੇ ਸਹਿਮ ਜਾਂਦੀ ਕਈ ਗੱਲਾਂ ਉਹਦੇ ਦਿਮਾਗ 'ਚ ਘੁੰਮ ਰਹੀਆਂ ਸਨ ਮੋਟਰ ਵਾਲਾ ਹਾਦਸਾ ਅਚਾਨਕ ਬਿਮਾਰੀ ਕਿਸੇ ਡਾਕੂ ਦਾ ਹਮਲਾ ਫਿਰ ਬਾਰ-ਬਾਰ ਉਹਨੂੰ ਲਾਰੀਆਂ ਤੇ ਮੋਟਰਾਂ ਦੀਆਂ ਆਵਾਜ਼ਾਂ ਦਾ ਖਿਆਲ ਆ ਜਾਂਦਾ ਜਿਨ੍ਹਾਂ ਨੂੰ ਸੁਣ ਕੇ ਹੈਬਤ ਖਾਨ ਸਾਦਾ ਬੁਖ ਲਾ ਜਾਂਦਾ ਸੀ ਉਹ ਸੋਚਦੀ ਰਹੀ ਪਰ ਉਹਦੀ ਸਮਝ 'ਚ ਕੁਝ ਨਾ ਆਇਆ ਇੱਕ ਹਫਤਾ ਲੰਘ ਗਿਆ ਹੈਬਤ ਖਾਨ ਨਾ ਆਇਆ ਇਸੇ ਦੌਰਾਨ ਤਿੰਨ ਚਾਰ ਲਾਰੀਆਂ ਤੇ ਦੋ ਮੋਟਰਾਂ ਸਕੱਤੀ ਸੜਕ ਤੋਂ ਘੱਟਾ ਉਡਾਉਂਦੀਆਂ ਲੰਘ ਗਈਆਂ। ਨਵਾਬ ਦਾ ਹਰ ਵਾਰੀ ਇਹੀ ਜੀ ਕੀਤਾ ਕਿ ਭੱਜਦੀ ਹੋਈ ਉਹਨਾਂ ਮਗਰ ਜਾਵੇ। ਸਾਰੀਆਂ ਨੂੰ ਅੱਗ ਲਾ ਦੇਵੇ। ਉਹ ਮਹਿਸੂਸ ਕਰ ਰਹੀ ਸੀ ਕਿ ਇਹੀ ਉਹ ਚੀਜ਼ਾਂ ਨੇ ਜੋ ਹੈਬਤ ਖਾਨ ਦੇ ਆਉਣ 'ਚ ਰੁਕਾਵਟ ਦਾ ਕਾਇਸ ਸਨ। ਫਿਰ ਉਹ ਸੋਚਦੀ ਕਿ ਕੀ ਮੋਟਰਾਂ ਤੇ ਲਾਰੀਆਂ ਰੁਕਾਵਟ ਦਾ ਕਾਇਸ ਹੋ ਸਕਦੀਆਂ? ਫਿਰ ਉਹ ਆਪਣੀ ਘਟ ਅਕਲ ਤੇ ਹੱਸਣ ਲੱਗਦੀ ਇਹ ਗੱਲ ਉਹਦੀ ਸਮਝੋਂ ਬਾਹਰ ਸੀ ਕਿ ਖਾਬਤਖਾਨ ਜਾਂ ਰਿਸਟ ਪੋਸਟ ਮਰਦ ਮੋਟਰਾਂ ਤੇ ਲਾਰੀਆਂ ਦੀ ਆਵਾਜ਼ ਸੁਣ ਕੇ ਸਹਿਮ ਕਿਉਂ ਜਾਂਦਾ ਤੇ ਇਸ ਹਕੀਕਤ ਨੂੰ ਉਹਦੇ ਦਿਮਾਗ ਚ ਉਪਜੀ ਕੋਈ ਦਲੀਲ ਨਾ ਚੁੱਠਲਾ ਪਾਉਂਦੀ ਤੇ ਜਦੋਂ ਇੰਜ ਹੁੰਦਾ ਤਾਂ ਬੇहद ਕਰੋਧ ਤੇ ਗਮਗੀਨ ਹੋ ਜਾਂਦੀ ਤੇ ਉਹ ਗ੍ਰਾਮੋਫੋਨ ਦੇ ਦਰਦਿਲੇ ਰਿਕਾਰਡ ਸੁਣਨੇ ਸ਼ੁਰੂ ਕਰ ਦਿੰਦੀ ਤੇ ਉਹਦਾ ਗੱਜਪੜ ਆਉਂਦਾ ਇੱਕ ਹਫਤਾ ਹੋਰ ਲੰਘ ਗਿਆ ਇੱਕ ਦਿਨ ਜਦੋਂ ਦੁਪਹਿਰ ਵੇਲੇ ਸਰਦਾਰ ਤੇ ਨਵਾਬ ਖਾਣਾ ਖਾ ਕੇ ਫਾਰਗ ਹੋਈਆਂ ਤੇ ਥੋੜੀ ਦੇਰ ਆਰਾਮ ਕਰਨ ਬਾਰੇ ਸੋਚ ਰਹੀਆਂ ਸਨ ਕਿ ਅਚਾਨਕ ਉਹਨਾਂ ਨੂੰ ਬਾਹਰ ਕੱਚੀ ਸੜਕ ਤੇ ਮੋਟਰ ਦੇ ਹਾਰਨ ਦੀ ਆਵਾਜ਼ ਸੁਣਾਈ ਦਿੱਤੀ ਦੋਵੇਂ ਆਵਾਜ਼ ਸੁਣ ਕੇ ਤਰਬਕੀਆਂ ਕਿ ਆਵਾਜ਼ ਤਾਂ ਹੈਬਤ ਖਾਨ ਦੀ ਡੋਜ਼ ਦੇ ਹਾਰਨ ਦੀ ਆਵਾਜ਼ ਨਹੀਂ ਸੀ ਸਰਦਾਰ ਬਾਹਰ ਬਾੜ ਵੱਲ ਇਹ ਦੇਖਣ ਲਈ ਭੱਜੀ ਕਿ ਕੌਣ ਹੈ ਜੇ ਪੁਰਾਣਾ ਗਾਕ ਹੋਇਆ ਤਾਂ ਉਹਨੂੰ ਟਰਕਾ ਦੇਗੀ ਜਦੋਂ ਸਰਕੰਡਿਆਂ ਦੇ ਕੋਲ ਪੁੱਜੀ ਉਹਨੇ ਦੇਖਿਆ ਇੱਕ ਨਵੀਂ ਮੋਟਰ 'ਚ ਹੈਬਤ ਖਾਨ ਬੈਠਾ ਹੋਇਆ ਹੈ ਪਿਛਲੀ ਸੀਟ ਤੇ ਖੁਸ਼ਪੋਸ਼ ਤੇ ਖੂਬਸੂਰਤ ਔਰਤ ਮੌਜੂਦ ਹੈ ਹੈਬਤ ਖਾਨ ਨੇ ਮੋਟਰ ਥੋੜੀ ਦੂਰ ਖੜੀ ਕੀਤੀ ਬਾਹਰ ਨਿਕਲਿਆ ਉਹਦੇ ਨਾਲ ਹੀ ਪਿਛਲੀ ਸੀਟ ਤੋਂ ਔਰਤ ਵੀ ਬਾਹਰ ਨਿਕਲੀ ਦੋਵੇਂ ਉਹਨਾਂ ਦੇ ਘਰ ਵੱਲ ਵਧਣ ਲੱਗੇ ਸਰਦਾਰ ਨੇ ਸੋਚਿਆ ਇਹ ਕੀ ਸਿਲਸਿਲਾ ਹੈ ਔਰਤ ਲਈ ਤਾਂ ਹੈਬਤ ਖਾਨ ਇੰਨੀ ਦੂਰੋਂ ਚੱਲ ਕੇ ਇੱਥੇ ਆਉਂਦੇ ਹੈ ਇਹ ਔਰਤ ਜੋ ਇੰਨੀ ਖੂਬਸੂਰਤ ਹੈ ਜਵਾਨ ਹੈ ਕੀਮਤੀ ਕੱਪੜਿਆਂ ਚ ਲਿਪਟੀ ਹੋਈ ਹੈ ਹੈਬਤ ਖਾਨ ਦੇ ਨਾਲ ਇੱਥੇ ਕੀ ਕਰਨਾ ਹੈ ਉਹ ਜੀ ਸੋਚ ਹੀ ਰਹੀ ਸੀ ਕਿ ਹਬਤ ਖਾਨ ਉਸ ਖੂਬਸੂਰਤ ਔਰਤ ਦੇ ਨਾਲ ਮਕਾਨ ਚ ਦਾਖਲ ਹੋ ਗਿਆ। ਉਹ ਉਹਨਾਂ ਦੇ ਪਿੱਛੇ-ਪਿੱਛੇ ਤੁਰਨ ਲੱਗੀ। ਪਰ ਦੋਵਾਂ ਚੋਂ ਕਿਸੇ ਨੇ ਵੀ ਉਹਦੇ ਵੱਲ ਧਿਆਨ ਨਾ ਦਿੱਤਾ। ਜਦੋਂ ਅੰਦਰ ਪੁੱਜੀ ਉਹਨੇ ਦੇਖਿਆ ਨਵਾਬ ਹਬਤ ਖਾਨ ਤੇ ਉਹ ਔਰਤ ਤਿੰਨੋਂ ਨਵਾਰੀ ਪਲੰਗ ਤੇ ਬੈਠੇ ਹੋਏ ਹਨ। ਤੇ ਇੱਕ ਖਾਮੋਸ਼ੀ ਪਸਰੀ ਹੋਈ ਹੈ। ਅਜੀਬ ਕਿਸਮ ਦੀ ਖਾਮੋਸ਼ੀ। ਗਹਿਣਿਆਂ ਨਾਲ ਲੱਦੀ ਔਰਤ ਕਿਸੇ ਹੱਦ ਤੱਕ ਵਿਆਕੁਲ ਨਜ਼ਰ ਆ ਰਹੀ ਸੀ। ਉਹਦੀ ਇੱਕ ਲੱਤ ਬੜੇ ਜ਼ੋਰ ਨਾਲ ਹਿੱਲ ਰਹੀ ਸੀ। ਸਰਦਾਰ ਬਰੂਹਾ ਦੇ ਕੋਲੇ ਖੜੀ ਹੋ ਗਈ। ਉਹਦੇ ਪੈਰਾਂ ਦੀ ਆਖਟ ਸੁਣ ਕੇ ਜਦੋਂ ਹੈਬਤ ਖਾਨ ਨੇ ਉਹਦੇ ਵੱਲ ਦੇਖਿਆ ਤਾਂ ਉਹਨੇ ਸਲਾਮ ਕੀਤਾ। ਹੈਬਤ ਖਾਨ ਨੇ ਕੋਈ ਜਵਾਬ ਨਾ ਦਿੱਤਾ ਉਹ ਬੜਾ ਬੁਖਲਾਇਆ ਹੋਇਆ ਸੀ। ਗਹਿਣਿਆਂ ਨਾਲ ਲੱਦੀ ਔਰਤ ਦੀ ਲੱਤ ਹਿੱਲਣੀ ਬੰਦ ਹੋਈ ਤੇ ਉਹ ਸਰਦਾਰ ਵੱਲ ਮੂੰਹ ਕਰਕੇ ਬੋਲੀ ਅਸੀਂ ਆਏ ਹਾਂ ਖਾਣ ਪੀਣ ਦਾ ਕੋਈ ਬੰਦੋਬਸਤ ਕਰ। ਸਰਦਾਰ ਨੇ ਵਧੀਆ ਮਹਿਮਾਨ ਨਿਵਾਜ਼ ਬਣ ਕੇ ਕਿਹਾ ਜੋ ਕਹੋ ਉਹਨੇ ਤਿਆਰ ਹੋ ਜਾਏਗਾ। ਉਸ ਔਰਤ ਨੇ ਜਿਹਦੇ ਹੱਪਪਾ ਉਤ ਸਪਸ਼ਟ ਸੀ ਕਿ ਬੜੀ ਤੜਲੇਦਾਰ ਔਰਤ ਹੈ ਸਰਦਾਰ ਨੂੰ ਕਿਹਾ ਤੂੰ ਚੱਲ ਬਾਬਰਚੀ ਖਾਨੇ ਚ ਚੁੱਲਾ ਬਾੜ ਵੱਡੀ ਦੇਖ ਚੀਆ ਘਰ ਚ ਹੈਗੀ ਆ ਸਰਦਾਰ ਨੇ ਆਪਣਾ ਸਿਰ ਹਿਲਾਇਆ ਤਾਂ ਜਾ ਉਹਨੂੰ ਧੋ ਕੇ ਸਾਫ਼ ਕਰ ਮੈਂ ਹੁਣੇ ਆਉਣੀ ਆ ਔਰਤ ਪਲੰਗ ਤੋਂ ਉੱਠੀ ਤੇ ਗ੍ਰਾਮੋਫੋਨ ਦੇਖਣ ਲੱਗੀ ਸਰਦਾਰ ਨੇ ਮਾਜ਼ਰਤ ਭਰੇ ਲੇ ਜੀ ਕਿਹਾ ਮਾਜ਼ਰਤ ਮਤਲਬ ਮਾਫੀ ਦੇ ਲੇ ਜੀ ਗੋਸਤ ਤਾਂ ਇੱਥੇ ਨਹੀਂ ਮਿਲੇਗਾ ਉਹ ਔਰਤ ਇੱਕ ਰਿਕਾਰਡ ਤੇ ਸੂਈ ਰੱਖਦੇ ਆ ਬੋਲੀ ਮਿਲ ਜਾਏਗਾ ਨੂੰ ਜਨਾ ਕਿਹਾ ਗਿਆ ਉਹਨਾਂ ਕਰ ਧਿਆਨ ਰੱਖੀ ਅੱਗ ਕਾਫੀ ਹੋਵੇ ਸਰਦਾਰ ਇਹ ਹੁਕਾਮ ਲੈ ਕੇ ਚਲੀ ਗਈ ਹੁਣ ਉਹ ਖੁਸ਼ਪੋਸ਼ ਔਰਤ ਮੁਸਕਰਾ ਕੇ ਨਵਾਬ ਵੱਲ ਮੁਖਾਤਬ ਹੋਈ ਤੇ ਬੋਲੀ ਨਵਾਬ ਅਸੀਂ ਤੇਰੇ ਲਈ ਸੋਨੇ ਦੇ ਕੜੇ ਲਿਆਏ ਆ ਇਹਨਾਂ ਆਖ ਕੇ ਉਹਨੇ ਆਪਣੀ ਵਾਇਨਿਟੀ ਬੈਗ ਖੋਲਿਆ ਤੇ ਉਸ ਚ ਪਤਲੇ ਗੂੜੇ ਕਾਗਜ਼ ਵਿੱਚ ਬਲੇਟੇ ਹੋਏ ਕੜੇ ਕੰਡੇ ਜੋ ਕਾਫੀ ਵਜ਼ਨੀ ਤੇ ਖੂਬਸੂਰਤ ਸਨ ਨਵਾਬ ਨੇੜੇ ਖਾਮੋਸ਼ ਬੈਠੇ ਹਯਬਤ ਖਾਨ ਵੱਲ ਦੇਖ ਹੀ ਰਹੀ ਸੀ ਉਨੇ ਕੜਿਆਂ ਨੂੰ ਇੱਕ ਨਜ਼ਰ ਦੇਖਿਆ ਤੇ ਹੈਬਤ ਖਾਨ ਤੋਂ ਬੜੇ ਨਰਮ ਨਾਜ਼ੁਕ ਪਰ ਸੈਮੀ ਹੋਈ ਆਵਾਜ਼ ਸੁਣ ਕੇ ਪੁੱਛਿਆ ਖਾਨ ਇਹ ਕੌਣ ਹੈ ਉਹਦਾ ਇਸ਼ਾਰਾ ਉਸ ਔਰਤ ਵੱਲ ਸੀ ਉਹ ਔਰਤ ਕੜਿਆਂ ਨਾਲ ਖੇਡਦੀ ਹੋਈ ਬੋਲੀ ਮੈਂ ਕੌਣ ਹਾਂ ਮੈਂ ਹੈਬਤ ਖਾਨ ਦੀ ਭੈਣ ਆ ਇਹਨਾਂ ਆਖ ਕੇ ਉਹਨੇ ਹੈਬਤ ਖਾਨ ਵੱਲ ਦੇਖਿਆ ਜੋ ਉਹਦਾ ਜਵਾਬ ਸੁਣ ਕੇ ਸੁੰਗੜ ਜਿਹਾ ਗਿਆ ਸੀ ਫਿਰ ਉਹ ਨਵਾਬ ਵੱਲ ਮੁਹਰ ਕੇ ਬੋਲੀ ਮੇਰਾ ਨਾਂ ਹਲਾਕਤ ਹੈ ਨਵਾਬ ਕੁਝ ਨਾ ਸਮਝ ਸਕੇ ਉਹ ਸੌਰਤ ਦੀਆਂ ਅੱਖਾਂ ਤੋਂ ਸਹਿਮ ਰਹੀ ਸੀ ਜੋ ਯਕੀਨਨ ਖੂਬਸੂਰਤ ਸਨ ਪਰ ਬੜੇ ਖੌਫਨਾਕ ਤਰੀਕੇ ਨਾਲ ਖੁੱਲੀਆਂ ਹੋਈਆਂ ਸਨ ਉਹਨਾਂ 'ਚ ਜਿਵੇਂ ਅੱਗ ਵੱਰ ਰਹੀ ਸੀ ਫਿਰ ਉਹ ਰਤਾ ਕੱਗੇ ਵਧੀ ਤੇ ਉਹਨੇ ਸੁੰਘੜ ਕੇ ਬੈਠੀ ਨਵਾਬ ਦੀਆਂ ਬਾਹਾਂ ਫੜੀਆਂ ਉਹਨਾਂ 'ਚ ਕੜੇ ਪਾਉਣ ਲੱਗੀ ਅਚਾਨਕ ਉਹਨੇ ਨਵਾਬ ਦੀਆਂ ਬਾਹਾਂ ਛਿੱਲ ਦਿੱਤੀਆਂ ਤੇ ਹੈਬਤ ਖਾਨ ਵੱਲ ਮੂੰਹ ਕਰਕੇ ਬੋਲੀ ਤੂੰ ਜਾ ਹੈਬਤ ਖਾਨ ਮੈਂ ਨਵਾਬ ਨੂੰ ਚੰਗੀ ਤਰ੍ਹਾਂ ਸਜਾ ਕੇ ਤੇਰੀ ਖਿਦਮਤ 'ਚ ਪੇਸ਼ ਕਰਨਾ ਚਾਹੁੰਨੀ ਹਾਂ ਹੈਬਤ ਖਾਨ ਹੈਰਾਨ ਸੀ ਜਦੋਂ ਨਾਂ ਉੱਠਿਆ ਤਾਂ ਔਰਤ ਜਿਹਨੇ ਆਪਣਾ ਨਾਂ ਹਲਾਕਤ ਦੱਸਿਆ ਸੀ ਜ਼ਰਾ ਅੱਖਰ ਵੀ ਅੰਦਾਜ਼ 'ਚ ਬੋਲੀ। "ਜਾ ਸੁਣਿਆ ਨਹੀਂ ਤੂੰ?" ਹੈਬਤ ਖਾਨ ਕੰਬਿਆ ਤੇ ਨਵਾਬ ਵੱਲ ਵੇਖਦਾ ਹੋਇਆ ਬਾਹਰ ਨਿਕਲ ਗਿਆ। ਉਹ ਬੜਾ ਹੈਰਾਨ ਸੀ। ਉਹਦੇ ਪੱਲੇ ਕੁਝ ਨਹੀਂ ਪੈ ਰਿਆ ਸੀ ਕਿ ਕਿੱਧਰ ਜਾਵੇ, ਕੀ ਕਰੇ। ਕੋਠੜੀਆਂ 'ਚੋਂ ਬਾਹਰ ਇੱਕ ਵਰਾਂਡਾ ਜਿਹਾ ਸੀ ਜਿਹਦੇ ਇੱਕ ਕੋਨੇ 'ਚ ਟਾਟ ਲੱਗਿਆ ਬਾਬਰਚੀ ਖਾਨਾ ਸੀ। ਹੈਬਤ ਖਾਨ ਨੇ ਦੇਖਿਆ ਸਰਦਾਰ ਅੱਗ ਸੁਲਗਾ ਚੁੱਕੀ ਹੈ। ਉਹਨੇ ਕੋਈ ਗੱਲ ਨਾ ਕੀਤੀ ਤੇ ਸਰਕੰਡਿਆਂ ਦੇ ਉਸ ਪਾਰ ਕੱਚੀ ਸੜਕ ਤੇ ਚਲਾ ਗਿਆ ਉਹਦੀ ਹਾਲਤ ਨੀਮ ਦੀਵਾਨਿਆਂ ਜਿਹੀ ਸੀ ਜਰਾ ਜਿੰਨੇ ਖੜਾਕ ਨਾਲ ਤਰਬ ਕੁੱਟਦਾ ਸੀ ਥੋੜੀ ਦੇਰ ਬਾਅਦ ਉਹਨੂੰ ਦੂਰੋਂ ਇੱਕ ਲਾਰੀ ਆਉਂਦੀ ਵਿਖਾਈ ਦਿੱਤੀ ਉਹਨੇ ਸੋਚਿਆ ਕਿ ਲਾਰੀ ਰੁਕਵਾ ਲਵੇ ਤੇ ਫਿਰ ਉਹਦੇ 'ਚ ਚੜ ਕੇ ਉੱਥੋਂ ਗਾਇਬ ਹੋ ਜਾਏ ਜਦੋਂ ਲਾਰੀ ਉਹਦੇ ਨੇੜੇ ਆਪੜੀ ਤਾਂ ਇੰਨਾ ਘੱਟਾ ਉੱਡਿਆ ਕਿ ਉਸ 'ਚ ਗਾਇਬ ਹੀ ਹੋ ਗਿਆ ਉਹਨੇ ਆਵਾਜ਼ਾਂ ਮਾਰੀਆਂ ਪਰ ਘੱਟੇ ਕਰਕੇ ਉਹਦਾ ਗਲਾ ਆਵਾਜ਼ ਕੱਢਣ ਦੀ ਹਾਲਤ 'ਚ ਨਾ ਰਿਹਾ ਗਰਦੋ-ਗੁਬਾਰ ਘੱਟ ਹੋਇਆ ਤੇ ਖਾਬਤ ਖਾਨ ਤਕਰੀਬਨ ਨੀਮ ਮਰਦਾ ਸੀ ਉਨੇ ਚਾਹੇ ਸਰਕੰਡਿਆਂ ਦੇ ਪਿੱਛੇ ਉਸ ਮਕਾਨ 'ਚ ਜਾਵੇ ਜਿੱਥੇ ਉਹਨੇ ਕਈ ਦਿਨਾਂ ਤੇ ਰਾਤ ਕਈ ਦਿਨ ਤੇ ਰਾਤਾਂ ਨਵਾਬ ਦੀ ਅਲੜ ਬੁੱਕਲ 'ਚ guzariyan ਸਨ ਪਰ ਉਹ ਜਾ ਨਾ ਸਕਿਆ ਉਹਦੇ ਪੈਰ ਪੁੱਟੇ ਹੀ ਨਹੀਂ ਸੀ ਜਾ ਰਹੇ ਉਹ ਬੜੀ ਦੇਰ ਤੱਕ ਕੱਚੀ ਸੜਕ ਤੇ ਧੂੜ ਨਾਲ ਲਿਬੜਿਆ ਖੜਾ ਸੋਚਦਾ ਰਿਹਾ ਉਹ ਔਰਤ ਜੋ ਉਸ ਸਮੇਂ ਨਵਾਬ ਦੇ ਕੋਲ ਸੀ ਉਹਦੇ ਨਾਲ ਉਹਦੇ ਤਾਲੁਕ ਕਾਫੀ ਪੁਰਾਣੇ ਸਨ ਬੜੀ ਪੁਰਾਣੀ ਗੱਲ ਹੈ ਕਿ ਉਸ ਔਰਤ ਦੇ ਖਵਨ ਦੀ ਮੌਤ ਦਾ ਅਫਸੋਸ ਕਰਨ ਗਿਆ ਸੀ ਜੋ ਦਾ ਲੰਗੋਟਿਆ ਯਾਰ ਸੀ ਉਹ ਮਾਤਮ ਪੁਰਸ਼ੀ ਦੋਵਾਂ ਦੇ ਬਹਮੀ ਮਤਲਬ ਆਪਸੀ ਤਾਲੁਕਾਂ 'ਚ ਤਬਦੀਲ ਹੋ ਗਈ ਦੂਜੇ ਦਿਨ ਉਹ ਫਿਰ ਉਸਔਰਤ ਦੇ ਘਰ ਗਿਆ ਸੀ ਉਸ ਔਰਤ ਨੇ ਉਹਨੂੰ ਅਜੇ ਹੀ ਤਹੱਕਮ ਨਾਲ ਅੰਦਰ ਬੁਲਾਇਆ ਸੀ ਫਿਰ ਉਨਹੀਂ ਤਹੱਕਮ ਨਾਲ ਉਹਦੇ ਅੱਗੇ ਆਪਾ ਵਾਰ ਦਿੱਤਾ ਸੀ ਜਿਵੇਂ ਉਹ ਕੋਈ ਗੁਲਾਮ ਹੋਵੇ ਤੇ ਉਦੋਂ ਇਹ ਹੈਬਤ ਖਾਨ ਔਰਤ ਦੇ ਮਾਮਲੇ 'ਚ ਪੂਰੀ ਤਰ੍ਹਾਂ ਕੋਰਾ ਸੀ ਸ਼ਾਹੀਨਾ ਦਾ ਜੀ ਬੋ ਗਰੀਬ ਤਹਕਮ ਭਰਿਆ ਇਲਤਫਾਤ ਉਹਦੇ ਲਈ ਬੜੀ ਵੱਡੀ ਗੱਲ ਸੀ ਸ਼ਾਹੀਨਾ ਦੇ ਕੋਲ ਬੇਅੰਦਾਜ਼ਾ ਦੌਲਤ ਸੀ ਕੁਝ ਉਹਦੀ ਆਪਣੀ ਕੁਝ ਉਹਦੇ ਮਹਿਰੂਮ ਖਾਵਨ ਦੀ ਸੀ ਹੈਬਤ ਖਾਨ ਨੂੰ ਇਸ ਦੌਲਤ ਨਾਲ ਕੋਈ ਸਰੋਕਾਰ ਨਹੀਂ ਸੀ ਸ਼ਾਹੀਨਾ ਉਹਦੀ ਜ਼ਿੰਦਗੀ ਦੀ ਸਭ ਤੋਂ ਪਹਿਲੀ ਔਰਤ ਸੀ ਤੇ ਉਹਦੇ ਤਹਕਮ ਹੇਠਾਂ ਦੱਬ ਕੇ ਰਹਿ ਗਿਆ ਸੀ ਬੜੀ ਦੇਰ ਤੱਕ ਉਹ ਕੱਚੀ ਸੜਕ ਤੇ ਖੜਾ ਸੋਚਦਾ ਰਿਹਾ ਕੰਬਦਾ ਰਿਹਾ ਆਖਰ ਉਸ ਕੋਲੋਂ ਰਿਆ ਨਾ ਗਿਆ ਉਹ ਸਰਕੰਦਿਆਂ ਦੀ ਓਟ ਵਿੱਚ ਲੁਕੇ ਮਕਾਨ ਵੱਲ ਵਧਿਆ ਵਾਰਾਂਡੇ 'ਚ ਟਾਟ ਲੱਗੇ ਬਾਬਰਚੀ ਖਾਨੇ 'ਚ ਉਹਨੇ ਸਰਦਾਰ ਨੂੰ ਕੁਝ ਭੁੰਨਦਿਆਂ ਵੇਖਿਆ ਜਦੋਂ ਅੰਦਰ ਉਸ ਕੋਠੜੀ ਵੱਲ ਵਧਿਆ ਜਿੱਥੇ ਨਵਾਰੀ ਪਲੰਗ ਵਿਛਿਆ ਸੀ ਤਾਂ ਉਹਨੇ ਦਰਵਾਜ਼ਾ ਬੰਦ ਦੇਖਿਆ ਉਹਨੇ ਹੌਲੀ ਦੇਣੀ ਖੜਕਾਇਆ ਕੁਝ ਛਿਣਾ ਬਾਦ ਅੰਦਰੋਂ ਦਰਵਾਜ਼ਾ ਖੁੱਲਿਆ ਉਹਨੇ ਦੇਖਿਆ ਕੱਚੇ ਫਰਸ਼ ਤੇ ਖੂਨ ਹੀ ਖੂਨ ਡੁੱਲਿਆ ਪਿਆ ਉਹ ਕੰਬ ਗਿਆ ਫਿਰ ਉਹਨੇ ਸ਼ਾਹੀਨਾ ਵੱਲ ਵੇਖਿਆ ਜੋ ਦਰਵਾਜ਼ੇ ਦੇ ਪਰਦੇ ਨਾਲ ਲੱਗੀ ਖੜੀ ਸੀ ਸ਼ਾਹੀਨਾ ਨੇ ਕਿਹਾ ਮੈਂ ਤੇਰੀ ਨਵਾਬ ਨੂੰ ਸਜਾ ਦਿੱਤਾ हैबत खान ने अपने खुश्क गले ਨੂੰ ਥੁੱਕ ਨਾਲ ਤਰ ਕਰਦਿਆਂ ਪੁੱਛਿਆ ਨਵਾਬ ਕਿਤੇ ਹੈ ਸ਼ਾਹੀਨਾ ਨੇ ਜਵਾਬ ਦਿੱਤਾ ਥੋੜੀ ਜੀ ਤਾਂ ਪਲੰਗ ਤੇ ਆ ਤੇ ਕੁਝ ਉਹਦਾ ਬਿਹਤਰੀਨ ਹਿੱਸਾ ਬਬਰਚੀ ਖਾਨੇ ਚ ਹੈਬਤ ਖਾਨ ਤੇ ਹੈਬਤ ਹਾਵੀ ਹੋ ਗਈ ਕੁਝ ਨਾਕ ਸਕਿਆ ਉਥੇ ਅਹਲ ਖੜਾ ਰਿਹਾ ਉਹਨੇ ਅੱਖਾਂ ਪਾੜ ਕੇ ਦੇਖਿਆ ਫਰਸ਼ ਤੇ ਖੂਨ ਤੇ ਖੂਨ ਨਾਲ ਲਿਬੜੇ گوشਤ ਦੇ ਛੋਟੇ ਛੋਟੇ ਟੁਕੜੇ ਵੀ ਪਏ ਸਨ ਖੂਨ ਨਾਲ ਲਿਬੜਿਆ ਛੁਰਾ ਵੀ ਪਿਆ ਸੀ ਨਵਾਰੀ ਪਲੰਗ ਤੇ ਕੋਈ ਖੂਨ ਲਿਬੜੀ ਚਾਦਰ ਤਾਣੀ ਪਿਆ ਸੀ ਸ਼ਾਹੀਨਾ ਨੇ ਮੁਸਕਰਾ ਕੇ ਕਿਹਾ ਚਾਦਰ ਚੁੱਕ ਕੇ ਦਿਖਾਵਾਂ ਤੇਰੀ ਸਜੀ ਫੱਬੀ ਨਵਾਬ ਏ ਮੈਂ ਆਪਣੇ ਹੱਥਾਂ ਨਾਲ ਉਹਦਾ ਸ਼ਿੰਗਾਰ ਕੀਤਾ ਤੂੰ ਪਹਿਲਾਂ ਖਾਣਾ ਖਾ ਲੈ ਬੜੀ ਭੁੱਖ ਲੱਗੀ ਹੋਣੀ ਐ ਤੈਨੂੰ ਸਰਦਾਰ ਬੜਾ ਹੀ ਲਜੀਜ਼ ਗੋਸ਼ਤ ਪੁੰਨ ਰਹੀ ਆ ਬੋਟੀਆਂ ਮੈਂ ਖੁਦ ਆਪਣੇ ਹੱਥੀਂ ਵੱਡੀਆਂ ਨੇ ਹੈਬਤ ਖਾਨ ਦੇ ਪੈਰ ਲੜਖੜਾ ਗਏ ਉਹ ਬਾ ਮੁਸ਼ਕਲੀ ਚੀਖ ਸਕਿਆ ਸ਼ਾਹੀਨਾ ਇਹ ਤੂੰ ਕੀ ਕੀਤਾ ਸ਼ਾਹੀਨਾ ਮੁਸਕਰਾਈ ਜਾਣੇ ਮਨ ਪਹਿਲੀ ਵਾਰ ਨਹੀਂ ਹੈ ਦੂਜੀ ਵਾਰੀ ਹੈ ਮੇਰਾ ਖਾਵੰਦ ਅੱਲਾ ਉਹਨੂੰ ਜੰਨਤ ਨਸੀਬ ਕਰੇ ਤੇਰੇ ਵਾਂਗ ਹੀ ਬੇਵਫਾ ਸੀ ਮੈਂ ਉਹਨੂੰ ਖੁਦ ਆਪਣੇ ਨਾ ਹੱਥਾਂ ਨਾਲ ਹੀ ਵੱਢਿਆ ਸੀ ਤੇ ਉਹਦਾ ਗੋਸ਼ਤ ਰਿੰਨ ਕੇ ਕਾਵਾਂ ਤੇ ਇਲਾ ਨੂੰ ਖਵਾਇਆ ਸੀ ਤੇਰੇ ਨਾਲ ਮੈਨੂੰ ਪਿਆਰ ਹੈ ਇਸ ਲਈ ਮੈਂ ਤੇਰੇ ਬਜਾਏ ਉਹਨੇ ਜੁਮਲਾ ਮੁਕੰਮਲ ਨਾ ਕੀਤਾ ਤੇਜ਼ੀ ਨਾਲ ਉਹ ਪਿੱਛੇ ਹਟੀ ਤੇ ਉਹਨੇ ਹੱਥ ਵਧਾ ਕੇ ਖੂਨ ਨਾਲ ਲਿਬੜੀ ਚਾਦਰ ਖਿੱਚ ਦਿੱਤੀ ਹੈਬਤ ਖਾਨ ਦੀ ચીਕ ਉਹਦੇ ਹਲਕੇ ਦੇ ਅੰਦਰ ਹੀ ਅੜੀ ਰਹਿ ਗਈ ਉਹ ਬੇਹੋਸ਼ ਹੋ ਕੇ ਡਿੱਗ ਪਿਆ ਜਦੋਂ ਉਹਨੂੰ ਹੋਸ਼ ਆਇਆ ਉਹਨੇ ਦੇਖਿਆ ਸ਼ਹੀਨਾ ਕਾਰ ਚਲਾ ਰਹੀ ਹੈ ਤੇ ਉਹ ਕਿਸੇ ਉਪਰੀ ਇਲਾਕੇ 'ਚ ਹੈ ਧੰਨਵਾਦ